ਇੱਕ ਵਾਰ ਫਿਰ ਸ਼ਰਧਾਲੂਆਂ ਨੂੰ ਭਾਗਵਤ ਕਥਾ ਨਾਲ ਜੋੜਨ ਵਾਸਤੇ ਕਸ਼ਟ ਨਿਵਾਰਨ ਬਾਲਾ ਜੀ ਸੇਵਾ ਪਰਿਵਾਰ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਜਾ ਰਿਹਾ। ਇਸ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਹੈ ਸੈਂਟਰ ਹਲਕੇ ਦੇ ਵਿਧਾਇਕ ਰਮਨ ਅਰੋੜਾ ਜੀ। ਗੱਲਬਾਤ ਕਰਨ ਲਈ ਰਮਨ ਜੀ, ਇੱਕ ਵਾਰ ਫਿਰ ਵੱਡਾ ਉਪਰਾਲਾ ਜਿਹੜਾ ਹੈ ਕੀਤਾ ਜਾ ਰਿਹਾ। ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਜੈ ਸ਼੍ਰੀ ਰਾਮ, ਜੈ ਸ਼੍ਰੀ ਬਾਲਾ ਜੀ। ਸ਼੍ਰੀ ਬਾਲਾ ਜੀ ਮਹਾਰਾਜ ਦੇ ਆਸ਼ੀਰਵਾਦ ਦੇ ਨਾਲ ਸ਼੍ਰੀਮੰਦ ਭਾਗਵਤ ਕਥਾ 12 ਫਰਵਰੀ ਤੋਂ ਲੈ ਕੇ 18 ਫਰਵਰੀ ਤੱਕ ਸਾਇੰਦਾ ਸਕੂਲ ਗਰਾਊਂਡ ਪਟੇਲ ਚੌਂਕ ਜਲੰਧਰ ਵਿਖੇ ਹੋ ਰਹੀ ਹੈ। ਉਸ ਉਪਲਕਸ਼ ਦੇ ਵਿੱਚ ਅੱਜ ਸਾਰਾ ਇਕੱਠ ਕੀਤਾ ਗਿਆ ਜੀ। ਜਿਹੜਾ ਪੰਡਾਲ ਲਗਾਇਆ ਜਾਏਗਾ ਕਿੰਨੇ ਬਾਈ ਕਿੰਨੇ ਦਾ ਹੋਏਗਾ? ਇਹ ਸ਼ੁਰੂਆਤੀ ਤੌਰ ਤੇ ਜਿਹੜਾ ਪੰਡਾਲ ਹੈ 120 ਫੁੱਟ ਚੌੜਾ ਔਰ 260 ਫੁੱਟ ਲੰਬਾ ਵਾਟਰਪਰੂਫ ਪੰਡਾਲ ਲਗਾਇਆ ਜਾ ਰਿਹਾ। ਜੈ ਕਿਸ਼ੋਰੀ ਨੂੰ ਸੁਣਨ ਵਾਸਤੇ ਕਾਫੀ ਸੰਗਤ ਬਾਹਰੋਂ ਵੀ ਆਏਗੀ, ਉਹਨਾਂ ਲਈ ਸੇਫਟੀ ਲਈ ਕੀ ਇੰਤਜ਼ਾਮ ਕੀਤੇ ਗਏ ਨੇ? ਡੀਸੀ ਸਾਹਿਬ, ਪੁਲਿਸ ਕਾਰਪੋਰੇਸ਼ਨ, ਪੁਲਿਸ ਕਮਿਸ਼ਨਰ, ਕਾਰਪੋਰੇਸ਼ਨ ਕਮਿਸ਼ਨਰ, ਸਿਵਲ ਸਰਜਨ ਸਾਹਿਬ, SDM ਸਾਹਿਬ, ਫਾਇਰ ਬ੍ਰਿਗੇਡ, ਹਰ ਚੀਜ਼ ਨੂੰ ਅਸੀਂ ਲੈਟਰਾਂ ਲਿਖ ਕੇ ਭੇਜ ਦਿੱਤੇ। ਉਹਨਾਂ ਦੀ ਸਾਰੀ ਸੁਰੱਖਿਆ ਜਿਹੜੀ ਹੈ ਯਕੀਨੀ ਬਣਾਉਣ ਵਾਸਤੇ ਅਸੀਂ ਸਾਰਾ ਉਹਨਾਂ ਦੇ ਨਾਲ ਇੱਕ ਮੀਟਿੰਗ ਵੀ ਕਰ ਲਈ ਹੈ, ਜਿਹੜਾ ਵਧੀਆ ਅੱਛੇ ਤਰੀਕੇ ਦੇ ਨਾਲ ਸਾਰਾ ਕਾਰਜ ਹੋਏਗਾ। ਜਿਹੜੇ ਸ਼ਰਧਾਲੂ ਬਾਹਰੋਂ ਆਉਣਗੇ ਉਹਨਾਂ ਦੀ ਉਹ ਕਿੱਥੇ ਠਹਿਰਾਏ ਜਾਣਗੇ? ਜਿਹੜੇ ਭਗਤ ਬਾਹਰੋਂ ਆਉਣਗੇ ਉੱਥੇ ਸ਼੍ਰੀ ਦੇਵੀ ਤਲਾ ਮੰਦਿਰ ਵੀ ਜਗ੍ਹਾ ਮੈਂ ਪੰਡਾਲ ਦੇ ਵਿੱਚ ਵੀ ਹੈ ਔਰ ਪੰਡਾਲ ਦੇ ਆਲੇ ਦੁਆਲੇ ਕਾਫੀ ਜਿਹੜੀਆਂ ਜਗ੍ਹਾ ਅਸੀਂ ਲਿੱਤੀਆਂ ਵਾ, ਉੱਥੇ ਸੰਗਤ ਆ ਕੇ ਰੁਕ ਸਕਦੀ। ਜੈ ਕਿਸ਼ੋਰੀ ਨੂੰ ਸੁਣਨ ਵਾਸਤੇ ਸੰਗਤ ਤਾਂ ਕਾਫੀ ਆਏਗੀ, ਮਗਰ ਪਾਰਕਿੰਗ ਦਾ ਕੀ ਅਰੇਂਜਮੈਂਟ ਹੋਏਗਾ, ਉਹ ਕਿੱਥੇ ਕਿੱਥੇ ਹੋਏਗਾ? ਪਾਰਕਿੰਗ ਬਿਲਕੁਲ ਜਿੱਥੇ ਗਰਾਊਂਡ ਆ ਉਹਦੇ ਬਿਲਕੁਲ ਸਾਹਮਣੇ ਸਾਇੰਦਾ ਸਕੂਲ ਦੀ ਦੂਸਰੀ ਗਰਾਊਂਡ ਹੈ, ਉੱਥੇ ਬਿਲਕੁਲ ਫ੍ਰੀ ਪਾਰਕਿੰਗ ਦਾ ਅਸੀਂ ਪ੍ਰਬੰਧ ਕੀਤਾ। ਪਬਲਿਕ ਦੀ ਉੱਥੇ ਗੱਡੀਆਂ ਕਾਫੀ ਲੱਗ ਜਾਣੀਆਂ, ਕੋਈ ਵੀ ਉੱਥੇ ਵੈਲੇ ਪਾਰਕਿੰਗ ਹੋਏਗੀ, ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਜਾਏਗੀ। ਹੋਰ ਸ਼ਰਧਾਲੂਆਂ ਵਾਸਤੇ ਕੀ ਫੈਸਿਲਿਟੀਆਂ ਇੰਤਜ਼ਾਮ ਕੀਤੇ ਗਏ ਨੇ? ਦੇਖੋ, ਸ਼ਰਧਾਲੂਆਂ ਵਾਸਤੇ ਉੱਥੇ ਇੱਕ ਤਾਂ ਅਸੀਂ ਮੈਡੀਕਲ ਕੈਂਪ ਉੱਥੇ ਲਗਾਉਣੇ, ਐਂਬੂਲੈਂਸ ਉੱਥੇ ਸਾਡੀ ਰਹੇਗੀ ਤਾਂ ਕਿ ਕਿਸੇ ਕੋਈ ਅਣਪਛਾਤੀ ਘਟਨਾ ਨਾ ਵਾਪਰ ਸਕੇ। ਉਸ ਤੋਂ ਬਾਅਦ ਬਿਲਕੁਲ ਤਰੀਕੇਮੰਦ ਅਸੀਂ ਪਾਸਿਸ ਬਣਾਏ ਹੈਗੇ ਆ, ਜਿਹਦੇ ਨਾਲ ਬਿਲਕੁਲ ਸਹੂਲਤ ਦੇ ਨਾਲ ਪਬਲਿਕ ਆਰਾਮ ਨਾਲ ਆਪਣੀਆਂ ਆਪਣੀਆਂ ਸੀਟਾਂ 'ਤੇ ਬੈਠ ਜਾਏਗੀ। ਔਰ ਬਜ਼ੁਰਗਾਂ ਵਾਸਤੇ ਹਰ ਵਾਰਡ ਦੇ ਵਿੱਚ, ਹਰ ਬਲਾਕ ਜਿਹੜੇ ਅਸੀਂ ਬਣਾਏ ਉੱਥੇ 2500-2500 ਕੁਰਸੀ ਜਿਹੜੀ ਬਜ਼ੁਰਗਾਂ ਵਾਸਤੇ ਬੈਠਣ ਵਾਸਤੇ ਅਸੀਂ ਬਣਾਈ ਹੈ। ਕੱਲ੍ਹ ਪੁਲਿਸ ਪ੍ਰਸ਼ਾਸਨ ਨਾਲ ਵੀ ਦੇਰ ਰਾਤ ਤੁਹਾਡੀ ਮੀਟਿੰਗ ਹੋਈ, ਮੀਟਿੰਗ ਦੇ ਵਿੱਚ ਕੀ ਫੈਸਲੇ ਲਿੱਤੇ ਗਏ? ਮੀਟਿੰਗ 'ਚ ਫੈਸਲੇ ਨਹੀਂ ਹੁੰਦੇ, ਮੀਟਿੰਗ ਦੇ ਵਿੱਚ ਇੱਕ ਸਹਿਯੋਗ ਹੁੰਦਾ ਜੀ। ਪੁਲਿਸ ਤੋਂ ਅਸੀਂ ਸਹਿਯੋਗ ਮੰਗਿਆ ਵੀ ਜਿਹੜੀ ਸਾਰੀ ਵਿਵਸਥਾ ਵਾ ਉਹਨੂੰ ਸੁਚਾਰੂ ਢੰਗ ਦੇ ਨਾਲ ਚਲਾਇਆ ਜਾਏ। ਜੇ ਗੱਲ ਕਰੀਏ ਜੈ ਕਿਸ਼ੋਰੀ ਨੂੰ ਸੁਣਨ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਲਾਵਾ ਹੋਰ ਵੀ ਸ਼ਖਸੀਅਤਾਂ ਪਹੁੰਚਣਗੀਆਂ? ਦੇਖੋ, ਅਸੀਂ ਆਪਣੇ ਵੱਲੋਂ ਸਾਰੇ ਇਨਵੀਟੇਸ਼ਨ ਦਿੱਤੇ ਹੈਗੇ ਅਤੇ ਜਿਸ ਤਰ੍ਹਾਂ ਉਹਨਾਂ ਦੇ ਸਮੇਂ ਦੀ ਸਹੂਲਤ ਹੋਏਗੀ ਉਹਦੇ ਹਿਸਾਬ ਨਾਲ ਸਾਰੇ ਹੀ ਨਤਮਸਤਕ ਹੋਣ ਵਾਸਤੇ ਆਉਣਗੇ। ਇਹ ਸੀ ਸੈਂਟਰ ਹਲਕੇ ਦੇ ਵਿਧਾਇਕ ਰਮਨ ਅਰੋੜਾ ਜੀ, ਜਿਨ੍ਹਾਂ ਨੇ ਕਿਹਾ ਕਿ ਇੱਕ ਵਾਰ ਫਿਰ ਉਪਰਾਲਾ ਜਿਹੜਾ ਹੈਗਾ ਸ਼ਰਧਾਲੂਆਂ ਨੂੰ ਜੋੜਨ ਵਾਸਤੇ ਕੀਤਾ ਗਿਆ। ਕੈਮਰਾਮੈਨ ਜਤਿਨ ਦੇ ਨਾਲ ਵਿਨੀ ਸ਼ਰਮਾ, ਦੈਨਿਕ ਸਵੇਰਾ TV, ਜਲੰਧਰ।